7:30 ਵਜੇ ਦਾ ਟਾਈਮ ਹੈ, ਨਿਕਲ ਚੁੱਕੇ ਹਾਂ ਹੋਟਲ ਤੋਂ। ਪਹਿਲੀ ਐਕਸਪਲੋਰ ਕਰ ਲੈਣਾ ਉਹਨੂੰ ਵੀ ਕਿਹੜੀ ਸਾਈਡ ਹੈ, ਤਾਂ ਕਿ ਅਸੀਂ ਬਾਅਦ 'ਚੋਂ ਇਹਦਾ ਬੱਸ ਸਟੋਪ ਹੈ, ਹੁਣ ਅਸੀਂ ਲੱਭਣਾ ਮੈਟਰੋ। ਇਹ ਜੀ ਅੱਜ ਦਾ ਬ੍ਰੇਕਫਾਸਟ, ਬਾਅਦ 'ਚ ਲਾਸਟ ਦਿਨ ਹੈ, ਇਹ ਤਾਂ ਕੱਲ੍ਹ ਦਾ ਵੀ ਹੈਗਾ ਮੋਰਨਿੰਗ 'ਚ। ਬਹੁਤ ਜ਼ਿਆਦਾ ਰਸ਼ ਹੈ, ਇਹ ਕਾਫੀ ਮਸ਼ਹੂਰ ਹੈ, ਮੈਂ ਯੂਟਿਊਬ ਵੀਡੀਓ 'ਚ ਦੇਖਿਆ ਇਹ ਸ਼ੋਪ ਹੈ, ਇੱਕ ਮੇਡ ਇਨ ਪੈਰਿਸ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ। ਨੈਕਸਟ ਮੋਰਨਿੰਗ ਅਰਲੀ 7:30 ਵਜੇ ਦਾ ਟਾਈਮ ਹੈ, ਨਿਕਲ ਚੁੱਕੇ ਹਾਂ ਹੋਟਲ ਤੋਂ। ਫਿਲਹਾਲ ਤਾਂ ਮੋਰਨਿੰਗ ਵਾਕ ਲਈ ਜਾ ਰਹੇ ਹਾਂ, ਕਿਉਂਕਿ ਇੱਥੇ ਜਿਹੜਾ ਹੈ ਦਿਨ ਬੜੀ ਲੇਟ ਚੜ੍ਹਦਾ, ਸੂਰਜ ਬਹੁਤ ਲੇਟ ਆਉਂਦਾ ਹੈ, 8:30-9 ਦੇ ਕਰੀਬ ਹੋ ਜਾਂਦਾ ਟਾਈਮ ਜਦੋਂ ਸੂਰਜ ਆਉਂਦਾ। ਇਸ ਟਾਈਮ ਵੀ ਡਾਰਕ ਪਿਆ ਪੂਰਾ, ਹਾਂ ਦੇਖੋ ਉੱਪਰੋਂ ਤੁਹਾਨੂੰ ਵੀ ਦਿਖਾਉਂਦੇ ਅਤੇ ਅਸਮਾਨ ਦਾ, ਇਹ ਡਾਰਕ ਹੈ ਇਸ ਟਾਈਮ ਦੇ, ਲਾਈਟਾਂ ਐਨ ਪੂਰੀਆਂ ਚੱਲ ਰਹੀਆਂ। ਇੱਧਰ ਪੂਰੀ ਮਾਰਕੀਟ ਨਾਲ ਨਾਲ ਸ਼ੋਪਸ ਤਾਂ ਕਈ ਓਪਨ ਹੋ ਚੁੱਕੀਆਂ ਹੈ, ਕਈ ਕਲੋਜ਼ ਹੈ, ਰੈਸਟੋਰੈਂਟ ਵਗੈਰਾ ਜਿਵੇਂ ਉਹ ਖੁੱਲ੍ਹ ਚੁੱਕੇ ਹੈ। ਲੋਕ ਬ੍ਰੇਕਫਾਸਟ ਜਿਨ੍ਹਾਂ ਨੇ ਹੋਟਲ ਦੇ ਵਿੱਚ ਨਹੀਂ ਲਿਆ ਹੁੰਦਾ ਉਹ ਇੱਥੇ ਆ ਕੇ ਖਾ ਲੈਂਦੇ, ਕਿਉਂਕਿ ਇਨਫ ਹੁੰਦਾ ਇੱਥੇ ਵੀ ਅੱਛਾ ਜੂਸ ਵਗੈਰਾ ਲੈ ਕੇ, ਤਾਂ ਥੋੜ੍ਹੇ ਪੈਸੇ ਸੇਵ ਹੋ ਜਾਂਦੇ ਕਾਫੀ ਜ਼ਿਆਦਾ ਦੇਖਿਆ ਜਾਵੇ ਤਾਂ। ਬਾਕੀ ਐਵੇਂ ਹੀ ਤੁਹਾਨੂੰ ਦਿਖਾਉਂਦੇ ਰਹਾਂਗੇ ਹੋਰ ਵੀ ਪੈਰਿਸ ਦੇ ਨਜ਼ਾਰੇ। ਅੱਜ ਦੇਖਦੇ ਹਾਂ ਕੀ ਪਲੈਨ ਕਰਦੇ ਹਾਂ ਅਸੀਂ ਸਵੇਰ ਤੋਂ ਸ਼ਾਮ ਤੱਕ, ਜਿਵੇਂ ਜਿਵੇਂ ਘੁੰਮਦੇ ਰਹਾਂਗੇ ਨਾਲ ਨਾਲ ਤੁਹਾਨੂੰ ਦਿਖਾਉਂਦੇ ਰਹਾਂਗੇ, ਐਕਸਪਲੋਰ ਕਰਦੇ ਰਹਾਂਗੇ। ਚਲੋ ਮਿਲਦੇ ਹਾਂ ਜਲਦੀ। ਇਹ ਵੈਸੇ ਏਰੀਆ ਬੜਾ ਸ਼ਾਨਦਾਰ ਹੈ, ਮੈਨੂੰ ਬੜਾ ਪਸੰਦ ਆਇਆ ਏਰੀਆ। ਸ਼ੋਪਸ ਖੁੱਲ੍ਹੀਆਂ ਵੀ ਆ, ਕਈ ਬੰਦ ਹੈ ਇੱਥੇ। ਇਹ ਇੰਟੀਰੀਅਰ ਦੀ ਸ਼ੋਪ ਹੈ, ਜਿਵੇਂ ਆਪਣੇ ਲੱਗੇ ਵੀ ਕੰਮ ਕਰਨ ਬੰਦੇ, ਇਹ ਲੋਕ ਜੋਬ 'ਤੇ ਜਾਂਦੇ ਲਈ ਮੋਰਨਿੰਗ 'ਚ। ਅਤੇ ਬਾਕੀ ਕਾਫੀ ਅੱਛੇ ਏਰੀਏ 'ਚ ਆ ਕੇ ਇਹ ਹੋਟਲ ਮਿਲਿਆ। ਮੋਰਨਿੰਗ ਵਾਕ 'ਤੇ ਨਿਕਲੇ ਤਾਂ ਯਾਦ ਆਇਆ ਅੱਜ ਅਸੀਂ ਜਿੱਥੇ ਜਾਣਾ ਨਾ ਉਹਦੇ ਲਈ ਇੱਕ ਨਵਾਂ ਮੈਟਰੋ ਸਟੇਸ਼ਨ ਲੈਣਾ ਹੈ, ਤਾਂ ਸੋਚਿਆ ਨਾਲੇ ਤਾਂ ਵਾਕ ਹੋ ਜਾਏਗੀ, ਨਾਲੇ ਉਹ ਮੈਟਰੋ ਸਟੇਸ਼ਨ ਦਾ ਦੇਖ ਲੈਂਦੇ ਵੀ ਹੋਟਲ ਤੋਂ ਕਿਹੜੇ ਰਸਤੇ ਤਾਈਂ ਪੈਂਦਾ ਹੈ। ਇਹਦਾ ਇੱਕ ਤਰ੍ਹਾਂ ਦਾ ਫਾਇਦਾ ਰਹਿੰਦਾ, ਬਾਅਦ 'ਚੋਂ ਅਸੀਂ ਸਰਚ ਕਰਦੇ ਹਾਂ ਫਿਰ ਗੂਗਲ ਮੈਪ ਲਾਉਂਦੇ ਹਾਂ, ਤਾਂ ਜਿਹੜੀ ਵਾਕਿੰਗ ਵਾਲਾ ਉਹ ਏਰੀਏ ਨੂੰ ਨਾ ਜੱਜ ਕਰਨਾ ਗੂਗਲ ਮੈਪ ਥੋੜ੍ਹਾ ਮੁਸ਼ਕਿਲ ਹੋ ਜਾਂਦਾ ਹੈ ਵਾਕਿੰਗ 'ਚ। ਕਈ ਵਾਰ ਤੁਸੀਂ ਲੈਫਟ ਨੂੰ ਜਾਂਦੇ ਹੋ ਰਾਈਟ ਦਿਖਾਉਂਦਾ ਹੁੰਦਾ, ਜਾਂ ਤੁਸੀਂ ਰਾਈਟ ਜਾਂਦੇ ਹੋ ਲੈਫਟ ਦਿਖਾਉਂਦਾ ਹੁੰਦਾ, ਅਤੇ ਇੱਕ ਦੋ ਟਰਨ ਕਈ ਵਾਰ ਗਲਤ ਲਈ ਹੋ ਜਾਂਦੀਆਂ, ਤਾਂ ਅਸੀਂ ਹੁਣੇ ਪਹਿਲੀ ਐਕਸਪਲੋਰ ਕਰ ਲੈਣਾ ਉਹਨੂੰ ਵੀ ਕਿਹੜੀ ਸਾਈਡ ਹੈ, ਤਾਂ ਕਿ ਅਸੀਂ ਬਾਅਦ 'ਚੋਂ ਜਦੋਂ ਹੋਟਲ ਤੋਂ ਨਿਕਲੀਏ ਤਾਂ ਡਾਇਰੈਕਟ ਸਿੱਧਾ ਮੈਟਰੋ ਸਟੇਸ਼ਨ। ਉਹ ਜਿਹਦਾ ਬੱਸ ਸਟੋਪ ਤਾਂ ਅਸੀਂ ਦੇਖ ਲਿਆ, ਇਹਦੇ ਤਾਂ ਬੱਸ ਸਟੋਪ ਹੈ, ਹੁਣ ਅਸੀਂ ਲੱਭਣਾ ਮੈਟਰੋ ਸਟੇਸ਼ਨ 'ਤੇ ਲਿਖਿਆ ਹੋਏਗਾ ਐਮ। ਹੁਣ ਇੱਥੇ ਐਮ ਦਾ ਸਾਈਨ ਦੇਖਣਾ, ਐਵੇਂ ਬੜਾ ਤੁਸੀਂ ਐਕਸਪੀਰੀਅੰਸ ਕਰ ਲੈਂਦੇ, ਬੜੇ ਛੇਤੀ ਕਾਫੀ ਏਰੀਆ ਕਵਰ ਹੋ ਜਾਂਦਾ ਮੈਟਰੋ 'ਤੇ। ਇੱਕ ਤਾਂ ਤੁਹਾਨੂੰ ਜਾਮ ਨਹੀਂ ਮਿਲਣਾ ਕਿਤੇ, ਅਤੇ ਤੁਸੀਂ ਆਪਣੀ ਜਿਹੜੀ ਡੈਸਟੀਨੇਸ਼ਨ ਅੱਗੇ ਪਹੁੰਚਣਾ ਕਿਤੇ ਬੜੇ ਈਜ਼ੀ ਵੇ ਨਾਲ ਪਹੁੰਚਣੇ ਅੰਦਰ ਅੰਦਰੇ ਅੰਦਰ। ਲਓ ਜੀ ਕੌਫੀ ਬਣਾ ਰਹੇ ਹਾਂ ਮਸ਼ੀਨ 'ਚ, ਅਮੈਰੀਕਨ ਇਹ ਬਣਾਈਏ ਲਾਤੇ। ਲਓ ਜੀ ਇਹ ਹੈ ਜੀ ਅੱਜ ਦਾ ਬ੍ਰੇਕਫਾਸਟ, ਇਹ ਜੂਸ ਲੱਗੇ ਹੋਏ ਫਰੂਟਸ, ਯੋਗਟ, ਫਰੂਟਸ, ਇੱਧਰ ਬੇਕਰੀ ਪ੍ਰੋਡਕਟ, ਕੌਫੀ ਵਗੈਰਾ ਇਹ ਪਾ ਲਿਆ ਆਪਾਂ ਨੇ, ਕੌਫੀ ਬਣਾਈ ਹੈ
ਇੱਕ ਅਮੈਰੀਕਨ ਲਾਤੇ ਹੈ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਅੱਜ ਨਿਕਲ ਗਏ ਫਿਰ ਮੋਰਨਿੰਗ ਤਿਆਰ ਹੋ ਕੇ, ਅਤੇ ਅੱਜ ਲਾਸਟ ਦਿਨ ਹੈ ਇਹ ਤਾਂ, ਕੱਲ੍ਹ ਦਾ ਵੀ ਹੈਗਾ ਮੋਰਨਿੰਗ 'ਚ, ਬਟ ਕੱਲ੍ਹ ਫਿਰ ਪੈਕਿੰਗ ਵਗੈਰਾ 'ਚ ਨਿਕਲ ਜਾਣਾ ਟਾਈਮ। ਅੱਜ ਇੱਕ ਦੋ ਤਿੰਨ ਜਗ੍ਹਾ ਰਹਿ ਗਈਆਂ ਸੀ, ਉਹ ਦੇਖਣ ਜਾ ਰਹੇ ਹਾਂ, ਨਾਲ ਨਾਲ ਤੁਹਾਨੂੰ ਦਿਖਾਉਂਦੇ ਹਾਂ, ਨਾਲ ਜੁੜੇ ਰਹੋ। ਇਹ ਦੇਖੋ ਇੱਥੋਂ ਮੈਟਰੋ ਸਟੇਸ਼ਨ ਜਾਣਾ, ਫਿਰ ਮੈਟਰੋ ਲੈ ਕੇ ਅੱਗੇ ਜਾਊਂਗੇ ਇੱਥੋਂ, ਮੈਂ ਮੈਟਰੋ ਸਟੇਸ਼ਨ ਵੱਲ ਜਾ ਰਹੇ ਹਾਂ ਅਸੀਂ ਸਿੱਧਾ। ਆ ਗਿਆ ਜੀ ਮੈਟਰੋ ਸਟੇਸ਼ਨ, ਮੈਟਰੋ 39 ਇੱਥੋਂ ਮਿਲਦੀ। ਦੇਖਦੇ ਸੀ ਕਿਹੜੀ ਲਾਈਨ 'ਤੇ ਜਾਣਾ ਹੈ। ਹਾਂਜੀ ਮੈਂ ਜ਼ੋਰਾਵਰ ਸਿੰਘ ਇੱਕ ਵਾਰ ਫਿਰ ਤੋਂ ਡਿਫਿਊਜ਼ਨ ਵਰਲਡ ਟੂਰ ਐਂਡ ਟਰੈਵਲ ਤੋਂ ਪੈਰਿਸ ਦੇ ਵਿੱਚ ਅੱਜ ਇਹ ਮਿਊਜ਼ੀਅਮ ਦੇਖਣ ਆਇਆ ਸੀ, ਜਿਹਦੇ ਰਸ਼ ਬਹੁਤ ਹੈ ਵੀ। ਜੇ ਤਾਂ ਪਹਿਲਾਂ ਟਿਕਟ ਲਈ ਹੁੰਦੀ ਫਿਰ ਤਾਂ ਗੱਲ ਵੱਖਰੀ ਸੀ, ਪਰ ਇਹ ਕਹਿੰਦੇ ਹੁਣ ਜੇ ਤੁਸੀਂ ਇੱਥੇ ਟਿਕਟ ਲੈਣੀ ਤਾਂ ਮੈਨੂੰ ਵੇਟ ਕਰਨਾ ਪੈਣਾ 1 ਘੰਟੇ ਦਾ। ਬਾਕੀ ਦੇਖਦਾ ਮੈਂ, ਜੇ ਤਾਂ ਮੂਡ ਬਣਿਆ ਤਾਂ ਇੱਥੇ ਅੰਦਰ ਜਾਊਂਗਾ, ਨਹੀਂ ਤਾਂ ਫਿਰ ਇਹਨੂੰ ਕੈਂਸਲ ਕਰਕੇ ਅਗਲੀ ਡੈਸਟੀਨੇਸ਼ਨ 'ਤੇ ਤੁਹਾਨੂੰ ਮਿਲਦੇ ਹਾਂ ਜਾ ਕੇ ਬੜੀ ਛੇਤੀ। ਅੱਜ ਤੁਹਾਨੂੰ ਦਿਖਾਉਂਦੇ ਮਿਊਜ਼ੀਅਮ ਦੇ ਅੱਗੇ ਭੀੜ ਕਿੰਨੀ ਹੈ ਇੱਥੇ। ਅਗਰ ਪਹਿਲੀਆਂ ਰਿਜ਼ਰਵ ਕਿਰਾਏ ਵਿੱਚ ਨਾ ਟਿਕਟ, ਉਹਨਾਂ ਤਾਂ ਐਂਟਰੀ ਮਿਲ ਰਹੀ ਹੈ, ਬਾਕੀਆਂ ਦੀ ਹਲੇ ਐਂਟਰੀ ਲੇਟ ਹੈ। ਬਹੁਤ ਜ਼ਿਆਦਾ ਰਸ਼ ਹੈ ਇੱਥੇ, ਬੜਾ ਭੀੜ ਹੈ, ਬਹੁਤ ਹੈ। ਬਾਕੀ ਦੇਖਦੇ ਜਿਵੇਂ ਦਾ ਵੀ ਹੋਊਗਾ, ਜਿਵੇਂ ਵੀ ਬਣਦਾ, ਨਹੀਂ ਅਗਲੀ ਜਗ੍ਹਾ ਤਾਂ ਜਾਣਾ ਹੀ ਜਾਣਾ ਹੈ। ਇੱਥੇ ਮਾਹੌਲ ਵਧੀਆ ਵੈਸੇ, ਇੱਥੇ ਦਾ ਸਾਰਾ ਸਪੀਡ ਕਾਫੀ ਜ਼ਿਆਦਾ ਚੱਲਦੀ ਹੈ ਇੱਥੇ। ਲੋਕ ਇੱਥੇ ਮਿਊਜ਼ੀਅਮ ਦੇਖਣ ਇਹਨੂੰ ਆਉਂਦੇ ਹੈ, ਇਹਦੇ ਅੰਦਰ ਕਾਫੀ ਅੱਛਾ ਹੈ ਕਹਿੰਦੇ, ਸੁਣਨੇ 'ਚ ਆਇਆ। ਬਾਕੀ ਤਾਂ ਜਾਏ ਤਾਂ ਪਤਾ ਲੱਗਦਾ ਹੁੰਦਾ ਚੀਜ਼ ਦਾ, ਇਹ ਮਿਊਜ਼ੀਅਮ ਹੈ, ਸਭ ਵੇਟਿੰਗ ਹੈ ਇੱਥੇ, ਜਿਹੜੇ ਦੇਖਣ ਨੂੰ ਖੜੇ ਆ ਲੋਕ। 2 ਲਾਈਨਾਂ ਇੱਥੇ, 1 ਲਾਈਨ ਦੇ ਵਿੱਚ ਹੈਗੇ ਜਿਨ੍ਹਾਂ ਕੋਲ ਈ ਟਿਕਟ ਹੈਗੀ ਹੈ, ਔਨਲਾਈਨ ਬੁਕਿੰਗ ਕੀਤੀ ਵੀ ਐਡਵਾਂਸ 'ਚ, ਬਾਕੀ ਇੱਧਰ ਹੀ ਲਾਈਨ ਹੈ ਜਿਨ੍ਹਾਂ ਟਿਕਟ ਲੈਣੀ ਆ ਹਾਲੇ। ਮੈਂ ਵੀ ਟਿਕਟ ਲੈਣ ਵਾਲੇ 'ਚੋਂ ਹੀ ਹੈ, ਬਾਕੀ ਦੇਖਦੇ। ਲਓ ਜੀ ਇੱਥੇ ਜਾ ਰਹੇ ਹਾਂ ਇੱਕ ਹੋਰ ਜਗ੍ਹਾ, ਸੈਂਟਰ ਪੋਮੇਡੂ, ਇਹ ਵੀ ਕਾਫੀ ਵੱਡਾ ਇੱਥੇ, ਕਾਫੀ ਮਸ਼ਹੂਰ ਹੈ। ਦੇਖਦੇ ਜਾ ਕੇ ਹੈ ਕੀ ਚੀਜ਼ ਹੈ। ਉੱਥੇ ਮਿਊਜ਼ੀਅਮ ਦੀ ਤਾਂ ਸਾਨੂੰ ਟਿਕਟ ਮਿਲੀ ਨਹੀਂ, ਉਹ ਕਹਿੰਦਾ 1 ਵਜੇ ਤੱਕ ਵੇਟ ਕਰੋ, ਨਹੀਂ ਮੈਂ 1 ਵਜੇ ਤੱਕ ਤਾਂ ਅਸੀਂ ਕਾਫੀ ਘੁੰਮ ਲੈਣਾ, ਅਤੇ ਉੱਥੇ ਵੇਟ ਕਰਨਾ ਨਹੀਂ ਸਮਝਿਆ ਵਧੀਆ। ਮੈਂ ਕਿਹਾ ਚਲੋ ਨਿਕਲੇ ਇੱਥੋਂ, ਨੈਕਸਟ ਡੈਸਟੀਨੇਸ਼ਨ ਵਿਜ਼ਿਟ ਕਰੀਏ। ਇਹ ਅੱਛਾ ਇਹ ਵਿਊ ਇੱਥੇ, ਗਲੀਆਂ ਸਟਰੀਟ ਦਾ, ਵਾਕਿੰਗ ਤੁਸੀਂ ਵਿੱਚ ਜਾ ਰਹੇ, ਟ੍ਰੈਫਿਕ ਨਹੀਂ, ਆਲੇ ਦੁਆਲੇ ਰੈਸਟੋਰੈਂਟ ਹੈ, ਕੈਫੇ ਹੈ, ਅਤੇ ਹਾਂਜੀ ਹਾਂ ਠੰਡ ਇੱਧਰ ਹੈਗੀ ਹੈ, ਜਿੱਥੇ ਅਸੀਂ ਕੱਲ੍ਹ ਸੀਗੇ ਉੱਥੇ ਠੰਡ ਨਹੀਂ ਸੀ। ਦੇ ਆਰ ਗੁੱਡ ਰੈਸਟੋਰੈਂਟਸ ਹੇਅਰ, ਬਹੁਤ ਵਧੀਆ ਰੈਸਟੋਰੈਂਟ ਹੈ, ਜੇ ਤੁਸੀਂ ਬੈਠ ਕੇ ਇੰਜੋਏ ਕਰਨਾ ਈਵਨਿੰਗ 'ਚ, ਲੰਚ ਜਾਂ ਈਵਨ ਕਿ ਮੋਰਨਿੰਗ ਬ੍ਰੇਕਫਾਸਟ ਵੀ। ਆਈ ਥਿੰਕ ਇਹ ਸਾਹਮਣੇ ਬਿਲਡਿੰਗ ਆ ਚੁੱਕੀ ਹੈ ਜਿੱਥੇ ਜਾਣਾ ਅਸੀਂ, ਇਹ ਦਿਸ ਵਨ ਆਲੀ। ਬਾਕੀ ਦੇਖਦੇ ਹਾਂ ਜਾ ਕੇ ਹੈ ਕੀ ਚੀਜ਼ ਹੈ। ਮਿਊਜ਼ੀਅਮ ਟਾਈਪ ਹੈ ਵੀ ਇੱਕ ਤਰ੍ਹਾਂ ਦਾ, ਅਤੇ ਇਹਦੀ ਐਂਟਰੀ ਹੈਗੀ ਹੈ। ਲਓ ਜੀ ਪਹੁੰਚ ਚੁੱਕੇ ਹਾਂ ਸੈਂਟਰ ਪੋਮਪੇਡੂ, ਇਹ ਕਰਕੇ ਹੈ ਇਹ ਕਾਫੀ ਮਸ਼ਹੂਰ ਹੈ, ਮੈਂ ਯੂਟਿਊਬ ਵੀਡੀਓ 'ਚ ਦੇਖਿਆ ਸੀ ਕਾਫੀਆਂ 'ਚ, ਅਤੇ ਕਾਫੀ ਵਿਜ਼ਿਟਰ ਇੱਥੇ ਵਿਜ਼ਿਟ ਕਰਨ ਆਉਂਦੇ ਆ ਲੋਕ, ਜਿਹੜੇ ਪੈਰਿਸ 'ਚ ਘੁੰਮਣ ਆਉਂਦੇ ਆ ਆਲਮੋਸਟ। ਬਾਕੀ ਅੰਦਰ ਜਾ ਕੇ ਦੇਖਦੇ ਹੈ ਕੀ ਚੀਜ਼ ਹੈ। ਲਓ ਜੀ ਨਵੀਂ ਗੱਲ ਪਤਾ ਲੱਗੀ, ਇੱਕ ਗੂਗਲ 'ਤੇ ਪਹਿਲਾਂ ਦੇਖਿਆ ਨਹੀਂ, ਹੁਣ ਚੈੱਕ ਕੀਤਾ, ਅੱਜ ਇਹ ਕਲੋਜ਼ ਹੈ, ਕਹਿੰਦੇ ਕੱਲ੍ਹ ਨੂੰ ਖੁੱਲ੍ਹੇਗਾ।
ਮਿਊਜ਼ੀਅਮ 'ਚ ਵੀ ਐਂਟਰੀ ਨਹੀਂ ਮਿਲੀ, ਇੱਥੇ ਵੀ ਕਲੋਜ਼ ਹੈ। ਦੇਖੋ ਬਾਕੀ ਅੱਜ ਕੀ ਹੁੰਦਾ ਨਵਾਂ। ਫਿਰ ਪੀਜਾ ਚਲੋ ਤੁਹਾਨੂੰ ਇੱਥੋਂ ਵੈਸੇ ਦਿਖਾ ਦਈਏ ਬਾਹਰੋਂ ਬਿਲਡਿੰਗ। ਇਹ ਸ਼ੋਪ ਹੈ ਇੱਕ ਮੇਡ ਇਨ ਪੈਰਿਸ, ਇਹਦੇ 'ਤੇ ਪੈਰਿਸ ਦੀ ਦੋ ਜੀ ਆ ਗਏ। ਜਿਵੇਂ ਉੱਥੇ ਬਾਈ ਦੀ ਮਾਰਕੀਟ ਹੈ, ਇੱਥੇ ਵੈਲਕਮ ਟੂ ਪੈਰਿਸ ਕਰਕੇ ਇਹ ਸ਼ੋਪ ਹੈ। ਹਾਲੇ ਸਾਡੀ ਰੈੱਡ ਲਾਈਟ ਹੋਈ ਵੀ ਹੈ, ਇਹ ਕ੍ਰੋਸ ਕਰ ਲਈਏ। ਇਹ ਟ੍ਰੈਫਿਕ ਇੱਥੇ ਦੀ, ਟੈਕਸੀਆਂ ਲੈਕਸਸ ਚੱਲਦੀ। ਯਾ ਲਓ ਜੀ ਹੋ ਗਈ ਗ੍ਰੀਨ ਲਾਈਟ, ਰੁਕ ਗਏ। ਲਓ ਜੀ ਆ ਸਾਹਮਣੇ ਆ ਗਈ ਮਾਰਕੀਟ, ਇੱਥੇ ਦੇਖਣਾ ਕੋਈ ਛੋਟਾ ਮੋਟਾ ਕੋਈ ਸ਼ੋਪਿੰਗ ਵਗੈਰਾ ਕਰੀਏ। ਕਾਫੀ ਚਹਿਲ ਪਹਿਲ ਹੈ ਉਰੇ। ਨਹੀਂ ਐਕਚੁਲੀ ਸੁਪਰ ਡਰਾਈ ਤਾਂ ਉਹਦਾ ਨਾਮ ਹੈ, ਇਹ ਸਟੋਰ ਦਾ ਨਾ ਮੌਲ ਹੈ ਕੋਈ, ਤਾਂ ਮੌਲ ਹੈ ਕੋਈ ਇੱਥੇ ਦਾ। ਸਰਦਾਰ ਜੀ ਨੂੰ ਬਤਾਉਣਾ, ਸਰਦਾਰ ਜੀ ਜਾ ਰਹੇ ਇੱਕ। ਕਿੱਥੋਂ ਆਪਾਂ ਆਉਂਦੀ ਹੋਏ? ਬਸ ਠੀਕ ਹੈ, ਚਲੀ ਜਾਓ ਵਧੀਆ। ਲਓ ਜੀ ਵਾਕ ਕਰਕੇ ਅੱਗੇ ਜਾਣਾ ਸੈਂਟ ਚੈਪਲ, ਇੱਥੋਂ ਹੀ ਵਿੱਚੋਂ ਵਿੱਚ ਰਸਤਾ ਹੈਗਾ ਹੈ ਵਧੀਆ। ਚਲੋ ਨਾਲੇ ਟਾਈਮ ਪਾਸ ਹੋ ਜਾਏਗਾ, ਸੈਰ ਹੋ ਜਾਏਗੀ।